ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਲੁਧਿਆਣਾ ਦੀ ਕੋਲੈਬੋਰੇਸ਼ਨ ਨਾਲ ਤੇ ਐਮਐਲਏ ਸਾਊਥ ਐਂਡ ਅਦਰ ਜਿਹੜੇ ਸਾਡੇ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਹੈਗੇ ਆ ਤੇ ਬਾਕੀ ਜਿਹੜੇ ਸਾਡੇ ਪਤਵੰਤੇ ਹੈਗੇ ਆ ਸਰਕਾਰ ਦੇ ਨੁਮਾਇੰਦੇ ਹੈਗੇ ਆ ਬੱਚੇ ਹੈਗੇ ਆ ਪ੍ਰਿੰਸੀਪਲਸ ਹੈਗੇ ਆ ਤੁਹਾਡੇ ਹੈਗੀ ਤਬਦੀਲ ਹੁੰਦੇ ਹੋਏ ਦੇਖਣ ਤਾਂ ਜੋ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਇੱਕ ਸਪੈਸ਼ਲ ਜਿਹੜੀ ਐਡੀਸ਼ਨ ਹੈ ਉਹ ਹੋ ਸਕੇ। ਇਸ ਦੇ ਵਿੱਚ ਵੱਖ ਵੱਖ ਸਬ ਸਕੀਮਸ ਹੈਗੀਆਂ ਜਿਵੇਂ ਕਿ ਕਾਰਪੋਰੇਸ਼ਨ ਵੱਲੋਂ ਐਸਟੀਪੀ ਪਲਾਂਟ, ਨਹਿਰੂ ਪਲੈਨੇਟੇਰੀਅਮ, ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਸਾਡੇ ਜਿਹੜੇ ਕਲਚਰਲ ਹੈਰੀਟੇਜ ਸਾਈਟਸ ਹੈਗੀਆਂ, ਸਾਡੇ ਕੋਈ ਹੈਲਥ ਐਂਡ ਨਿਊਟ੍ਰੀਸ਼ਨ ਸਪੋਰਟਸ ਸਕੀਮਸ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਮੌਕੇ 'ਤੇ ਜਾ ਕੇ ਅਸੀਂ ਉਹਨਾਂ ਦੇ ਟ੍ਰਿਪਸ ਔਰਗਨਾਈਜ਼ ਕਰਵਾ ਕੇ ਉਹ ਸਾਰੇ ਦੇਖਣ ਤਾਂ ਜੋ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਚਾਰ ਚੰਨ ਲੱਗ ਸਕਣ। ਪੰਜਾਬ ਸਰਕਾਰ ਦਾ ਜਿਸ ਤਰ੍ਹਾਂ ਐਜੂਕੇਸ਼ਨ 'ਤੇ ਖਾਸ ਫੋਕਸ ਹੈ, ਅਸੀਂ ਇੱਕ ਜੁਆਇੰਟ ਇਨੀਸ਼ੀਏਟਿਵ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਨਗਰ ਨਿਗਮ ਲੁਧਿਆਣਾ ਅਤੇ ਨਗਰ ਪ੍ਰਸ਼ਾਸਨ ਲੁਧਿਆਣਾ ਨੇ ਬਣਾਇਆ ਹੈ, ਜਿਸ ਵਿੱਚ ਅਸੀਂ ਸਾਰਿਆਂ ਦੇ ਸਪੋਰਟ ਨਾਲ ਆਪਣੇ ਸਕੂਲੀ ਬੱਚਿਆਂ ਨੂੰ ਲੁਧਿਆਣਾ ਸ਼ਹਿਰ ਦੇ ਜ਼ਿਲ੍ਹੇ ਦੇ ਜਿੰਨੇ ਵੀ ਬੱਚਿਆਂ ਹੈ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੁੰਦੇ ਹਾਂ ਡਿਫਰੈਂਟ ਸਾਈਟਸ, ਡਿਫਰੈਂਟ ਲੋਕੇਸ਼ਨਸ, ਡਿਫਰੈਂਟ ਚੀਜ਼ਾਂ ਜਿਹੜੀ ਲੁਧਿਆਣਾ 'ਚ ਬਣੀ ਹੋਈ ਹੈ। ਸੇ ਫੋਰ ਐਗਜ਼ਾਮਪਲ, ਸਾਡਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੈ, ਐਸਟੀਪੀ ਪਲਾਂਟ ਹੈ, ਕੂੜੇ ਦੀ ਕਿਸ ਤਰ੍ਹਾਂ ਪ੍ਰੋਸੈਸਿੰਗ ਹੁੰਦੀ ਹੈ, ਫਾਇਰ ਬ੍ਰਿਗੇਡ ਕਿਸ ਤਰ੍ਹਾਂ ਕੰਮ ਕਰਦੀ ਹੈ, ਅਤੇ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀ ਚੀਜ਼ਾਂ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਇੱਕ ਪ੍ਰੈਕਟੀਕਲ ਨੌਲੇਜ ਦੇਣਾ ਚਾਹੁੰਦੇ ਹਾਂ ਜੋ ਚੀਜ਼ਾਂ ਉਹ ਕਿਤਾਬਾਂ 'ਚ ਪੜ੍ਹਦੇ ਹੈ, ਤਾਂ ਕਿ ਉਹ ਹੋਰ ਉਸਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਣ, ਕੋਨਸੈਪਟਸ ਹੋਰ ਕਲੀਅਰ ਕਰ ਸਕਣ, ਇਹ ਚੀਜ਼ਾਂ ਤੋਂ ਸਿੱਖ ਕੇ ਸਮਝ ਕੇ ਆਪਣੇ ਜੀਵਨ ਵਿੱਚ ਉਹਨੂੰ ਯੂਜ਼ ਕਰਨ, ਆਪਣੇ ਘਰ ਜਾ ਕੇ ਦੱਸਣ, ਪੇਰੈਂਟਸ ਨੂੰ ਦੱਸਣ, ਤਾਂ ਕਿ ਉਹ ਹੋਰ ਰਿਸਪੋਂਸੀਬਲ ਸਿਟੀਜ਼ਨਸ ਬਣਨ, ਅਤੇ ਨਾਲ ਹੀ ਸਾਨੂੰ ਇੱਕ ਫੀਡਬੈਕ ਵੀ ਦੇਣ। ਬੱਚਿਆਂ ਦੇ ਵਿੱਚ ਬਹੁਤ ਨਵੇਂ ਆਈਡੀਆਜ਼ ਹੁੰਦੇ ਆ, ਕ੍ਰੀਏਟੀਵਿਟੀ ਹੁੰਦੇ ਹੈ, ਸੋ ਜਿਹੜੇ ਉਹ ਨਵੇਂ ਆਈਡੀਆਜ਼ ਦੇਣਗੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਇਨਕੋਰਪੋਰੇਟ ਕਰ ਸਕੀਏ, ਤਾਂ ਜੋ ਅਸੀਂ ਲੁਧਿਆਣਾ ਸ਼ਹਿਰ ਨੂੰ ਇੱਕ ਹੋਰ ਬੈਟਰ ਜਗ੍ਹਾ ਬਣਾ ਸਕੀਏ।